ਸਿੱਖ ਸਰੋਤਾ ਜਾਨੋ, ਅੱਜ ਇੱਕ ਬਹੁਤ ਛੋਟੇ ਜਿਹੇ ਇੰਟਰਵਿਊ ਦੇ ਰੂਪ ਦੇ ਵਿੱਚ ਆਪ ਜੀ ਦੇ ਸਮਕਸ਼ ਅਸੀਂ ਫਿਰ ਹਾਜ਼ਰ ਹੋ ਰਹੇ ਹਾਂ ਜਿਹੜਾ ਕਿ ਇੱਕ ਬਹੁਤ ਹੀ ਕਨਫਿਊਜ਼ਨ ਭਰਿਆ ਮਸਲਾ ਇਸ ਟਾਈਮ ਚੱਲ ਰਿਹਾ ਪੰਥ ਵਿੱਚ, ਕੌਮ ਵਿੱਚ, ਮੀਡੀਆ ਵਿੱਚ ਵੀ, ਉਹ ਹੈ ਭਗਵਤੀ ਸ਼ਬਦ ਨੂੰ ਲੈ ਕੇ, ਜਿਹੜਾ ਕਿ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਵਿੱਚ ਆਪਣੀ ਪੰਥਕ ਅਰਦਾਸ ਵਿੱਚ ਆਉਂਦਾ ਇਸ ਦੇ ਬਾਰੇ ਕਿ ਇਹ ਭਗਵਤ ਇਹਦੇ ਕਰਕੇ ਇਹਦੇ ਨਾਲ ਸਿੱਖ ਕੌਮ ਨੂੰ ਕੀ ਨੁਕਸਾਨ ਹੈ ਅਤੇ ਇਹਦੇ ਸਰੋਤ ਵਗੈਰਾ ਇਹ ਕਿੱਥੋਂ ਇਹ ਆਇਆ, ਕੀ ਇਹਦੇ ਬੈਕਗਰਾਊਂਡਸ ਹੈਗੇ, ਇਹਦੇ ਬਾਰੇ ਕੁਛ ਚਾਨਣਾ ਪਾਣਗੇ। ਸਾਡੇ ਨਾਲ ਹੈਗੇ ਸਰਦਾਰ ਪ੍ਰਭਦੀਪ ਸਿੰਘ ਜੀ। ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਕਰੀਏ। ਸਰਦਾਰ ਪ੍ਰਭਦੀਪ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਭਗਵਤੀ ਸ਼ਬਦ ਅਤੇ ਜਦੋਂ ਅਸੀਂ ਸ਼ਬਦਾਰਥ ਬਾਰੇ ਗੱਲ ਅਸੀਂ ਕਰਦੇ ਹਾਂ, ਹਾਂਜੀ, ਅਤੇ ਇਹਦੇ ਜੋ ਤਿੰਨ ਚਾਰ ਅਰਥ ਆਉਂਦੇ ਨੇ ਮੇਰੇ ਸਾਹਮਣੇ, ਉਹ ਮੈਂ ਤੁਹਾਨੂੰ ਸ਼ੋਰਟ ਦੇ ਵਿੱਚ ਦੱਸ ਦਿੰਦਾ ਵੀ ਭਗਵਤੀ ਜਿਹੜਾ ਸ਼ਬਦ ਹੈ, ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੇਖਦੇ ਜੇ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਨੌ ਵਾਰ ਆਇਆ ਹੈ ਅਤੇ ਨੌ ਵਾਰੀ ਸੇਵਕ ਦੇ ਰੂਪ ਦੇ ਵਿੱਚ ਆਇਆ ਹੈ। ਭਗਵਤੀ ਸ਼ਬਦ ਜਿਵੇਂ ਇਹ ਆਮ ਜਿਹੜੇ ਡਿਫੈਂਡ ਕਰਦੇ ਨੇ ਉਹ ਕਹਿੰਦੇ ਨੇ ਵੀ ਅਰਦਾਸ ਦੇ ਵਿੱਚ ਜਿਹੜੀ ਭਗਵਤੀ ਉਹ ਅਕਾਲ ਪੁਰਖ ਦੇ ਰੂਪ ਦੇ ਵਿੱਚ ਆਈ ਹੈ, ਅਸੀਂ ਕੋਈ ਗੱਲ ਨਹੀਂ, ਅਕਾਲ ਪੁਰਖ ਦਾ ਜਿਹੜਾ ਭਗਵਤੀ ਸ਼ਬਦ ਰਾਹੀਂ ਸਾਨੂੰ ਕਿਤੇ ਵੀ ਅਰਥ ਨਹੀਂ ਮਿਲਦਾ, ਠੀਕ ਹੈ, ਭਾਵੇਂ ਉਹ ਇਤਿਹਾਸਕ ਸਰੋਤ ਨੇ ਅਤੇ ਭਾਵੇਂ ਤੁਸੀਂ, ਕਿਉਂਕਿ ਸਾਡੇ ਕੋਲ ਗੁਰਬਾਣੀ ਜਿਹੜੀ ਇੱਕ ਆਧਾਰ ਹੈ, ਕਸਵੱਟੀ ਹੈ, ਗੁਰਬਾਣੀ ਦੇ ਵਿੱਚ ਨੌ ਵਾਰ ਆਇਆ ਅਤੇ ਸੇਵਕ ਦੇ ਰੂਪ ਦੇ ਵਿੱਚ ਆਇਆ ਹੈ, ਠੀਕ ਹੈ ਜੀ। ਸੋ ਭਗਵਤੀ ਜੋ ਭਗਵੰਤ ਜਾਣੇ, ਗੁਰਪ੍ਰਸਾਦੀ ਆਪ ਪਛਾਣੇ, ਵੀ ਭਗਵਤੀ ਉਹ ਹੈ ਜਿਹੜਾ ਭਗਵੰਤ ਨੂੰ ਜਾਣ ਲੈਂਦਾ, ਇਹਦਾ ਮਤਲਬ ਭਗਵਤੀ ਅਤੇ ਭਗਵੰਤ ਅਕਾਲ ਪੁਰਖ ਇਹ ਦੋਨੋਂ ਅਲੱਗ ਅਲੱਗ ਨੇ। ਇੱਥੇ ਭਗਵਤੀ ਭਗਵੰਤ ਨਾਲ ਸੰਬੰਧਿਤ ਕੀਤੀ ਗਈ ਹੈ ਵੀ ਉਹਨੂੰ ਭਗਵਤੀ ਆਖਿਆ ਜਾਂਦਾ ਹੈ ਜਿਹੜਾ ਅਕਾਲ ਪੁਰਖ ਨੂੰ ਪਹਿਚਾਣ ਲੈਂਦਾ ਹੈ। ਕਹਿਣ ਤੋਂ ਭਾਵ ਇੱਥੇ ਭਗਵਤੀ ਸੇਵਕ ਦੇ ਰੂਪ ਦੇ ਵਿੱਚ ਹੈ। ਹੁਣ ਅੱਗੇ ਚੱਲਦੇ ਹਾਂ, ਭਗਵਤੀ ਦਾ ਦੂਜਾ ਜੋ ਅਰਥ ਮਿਲਦਾ ਹੈ ਉਹ ਦੁਰਗਾ ਦੇ ਰੂਪ ਦੇ ਵਿੱਚ ਹੈ ਜਿਹੜਾ ਅਰਦਾਸ ਦੇ ਵਿੱਚ ਆਇਆ ਹੈ, ਕਿਉਂਕਿ ਅਰਦਾਸ ਦੀਆਂ ਜਿਹੜੀਆਂ ਇਹ 55 ਪੌੜੀਆਂ ਨੇ, ਅਖੀਰ 'ਤੇ ਜਾ ਕੇ ਇਹ ਗੱਲ ਦੁੱਧ ਹੀ ਦੁੱਧ ਅਤੇ ਪਾਣੀ ਦੀ ਪਾਣੀ ਹੋ ਜਾਂਦੀ ਹੈ ਜਿੱਥੇ ਆ ਜਾਂਦਾ ਹੈ ਦੁਰਗਾ ਪਾਠ ਬਣਾਇਆ ਸਭੇ ਪੌੜੀਆਂ ਫਿਰ ਨਾ ਜੋਨੀ ਆਇਆ ਜਿਹਨੇ ਗਾਇਆ, ਉੱਥੇ ਜਾ ਕੇ ਇਸੇ ਹੀ ਭਗਵਤੀ ਨੂੰ ਦੁਰਗਾ ਦੇ ਨਾਮ ਨਾਲ ਸੰਬੋਧਨ ਕੀਤਾ ਗਿਆ। ਮਤਲਬ ਉਸੇ ਹੀ ਭਗਵਤੀ ਨੂੰ, ਭਵਾਨੀ ਨੂੰ ਦੁਰਗਾ ਦੇ ਰੂਪ ਦੇ ਵਿੱਚ ਪੁਕਾਰਿਆ ਗਿਆ। ਹੁਣ ਅਰਦਾਸ ਦੇ ਵਿੱਚ ਤਿੰਨ ਵਾਰੇ ਆਇਆ, ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੇ ਜਾਂ ਸ਼ੁਰੂ ਹੁੰਦਾ ਹੈ ਸ਼੍ਰੀ ਭਗਵਤੀ ਜੀ ਸਹਾਏ। ਹੁਣ ਇਹ ਸ਼ੁਰੂ ਤੋਂ ਲੈ ਕੇ ਅਤੇ ਪਹਿਲੇ ਤਿੰਨਾਂ ਲਾਈਨਾਂ ਦੇ ਵਿੱਚ ਇਹ ਤਿੰਨ ਆ ਚੁੱਕਾ। ਮੈਂ ਹੈਰਾਨ ਹੋ ਜਾਂਦਾ ਵੀ ਕਿੱਡੇ ਤਰੀਕੇ ਨਾਲ ਭਗਵਤੀ ਨੂੰ ਪੰਥਕ ਅਰਦਾਸ ਦੇ ਵਿੱਚ, ਜਿਹੜੀ ਪੰਥਕ ਅਰਦਾਸ ਲਈ ਗਈ ਸੀ, ਬਣਵਾਈ ਗਈ ਸੀ ਉਦੋਂ, ਉਹਦੇ ਵਿੱਚ ਭਗਵਤੀ ਨੂੰ ਫਿੱਟ ਕੀਤਾ ਗਿਆ। ਕਾਰਨ ਇਹ ਸੀ ਵੀ ਉੱਥੇ ਜੋ ਜਦੋਂ ਇਹ ਅਰਦਾਸ ਤਿਆਰ ਕੀਤੀ ਗਈ, ਜਦੋਂ ਇਹਦਾ ਜਿਹੜਾ ਕਾਵਬੰਦ ਤਿਆਰ ਹੋਇਆ ਹੈ, ਉੱਥੇ ਸਭ ਪੰਥ ਪ੍ਰਸਤ ਨਹੀਂ ਸਨ ਬੈਠੇ, ਕਈ ਤਰ੍ਹਾਂ ਦੀਆਂ ਤਾਕਤਾਂ ਉੱਥੇ ਬੈਠੀਆਂ ਸਨ। ਜੋ ਮਜ਼ਾਰਟੀ ਦੇ ਵਿੱਚ ਤੁਸੀਂ ਰਹਿ ਰਹੇ ਜੇ, ਉਸ ਮਜ਼ਾਰਟੀ ਦਾ ਜਿਹੜਾ ਇਸ਼ਟ ਪ੍ਰਧਾਨ ਸੀ ਉਹ ਤੁਹਾਡੇ ਅੰਦਰ ਫਿੱਟ ਕਰਨਾ ਸੀ ਕਿਸੇ ਨਾ ਕਿਸੇ ਤਰੀਕੇ ਨਾਲ। ਹੁਣ ਅਰਦਾਸ ਜਿਹੜਾ ਸੀ ਉਹ ਸਿੱਖ ਦਾ ਡੇਲੀ ਦਾ ਵਿਸ਼ਾ ਸੀ, ਇਸ ਕਰਕੇ ਉਸ ਅਰਦਾਸ ਦੇ ਵਿੱਚ ਇਹਨਾਂ ਨੇ ਭਗਵਤੀ ਜਿਹੜੀ ਹੈ ਇਸ਼ਟ ਰੂਪ ਦੇ ਵਿੱਚ ਸਭ ਤੋਂ ਉੱਤੇ ਫਿੱਟ ਕੀਤੀ।
ਹੁਣ ਇੱਥੇ ਆਉਂਦਾ ਹੈ ਦੁਰਗਾ ਦੇ ਰੂਪ ਦੇ ਵਿੱਚ, ਫਿਰ ਇਹ ਭਗਉਤੀ ਆਉਂਦਾ ਹੈ ਤਲਵਾਰ ਦੇ ਰੂਪ ਦੇ ਵਿੱਚ, ਜਿਹੜੀ ਚੰਡੀ ਦੀ ਵਾਰ ਹੈ ਸੋ ਕਾਟ ਦਸ਼ਮ ਗ੍ਰੰਥ ਦੇ ਵਿੱਚ ਬਚਿੱਤਰ ਨਾਟਕ ਦੇ ਵਿੱਚ ਲੈ ਭਗਉਤੀ ਨਿਕਸ ਹੈ ਵੀ ਭਗਉਤੀ ਜਿਹੜੀ ਹੈ ਹੱਥ 'ਚ ਫੜ ਕੇ ਆਪ ਕਲੰਕੀ ਹਾਥ ਵੀ ਦੁਰਗਾ ਨੇ ਦੇਵੀ ਨੇ ਹੱਥ 'ਚ ਭਗਉਤੀ ਫੜ ਕੇ ਵਾਰ ਕੀਤਾ ਇੱਥੋਂ ਲੈ ਭਗਉਤੀ ਦੁਰਗ ਸ਼ਾਹ ਲੈ ਭਗਉਤੀ ਦੁਰਗ ਸ਼ਾਹ ਗੁਰੂ ਸਾਹਿਬ ਨਾਲ ਜੁੜਤੀ। ਹਾਂ ਹੁਣ ਭਗਉਤੀ ਇੱਥੇ ਤਲਵਾਰ ਦੇ ਰੂਪ 'ਚ ਹੈ, ਪਹਿਲਾਂ ਆਪਾਂ ਅਰਥ ਦੀ ਗੱਲ ਕਰ ਰਹੇ, ਇੱਥੇ ਤਲਵਾਰ ਦੇ ਰੂਪ ਦੇ ਵਿੱਚ ਹੈ। ਹੁਣ ਨਿਹੰਗ ਬੋਲੇ ਜਿਹੜੇ ਨੇ ਉੱਥੇ ਵੀ ਭਗਉਤੀ ਜਿਹੜੀ ਹੈ ਤਲਵਾਰ ਦੇ ਰੂਪ ਦੇ ਵਿੱਚ ਮਿਲੇਗੀ ਤੁਹਾਨੂੰ, ਨਿਹੰਗ ਬੋਲਿਆਂ ਜਿਵੇਂ ਦੁੱਧ ਨੂੰ ਸਮੁੰਦਰ ਅਤੇ ਆਮ ਕਰਕੇ ਆਪਾਂ ਛੋਲਿਆਂ ਨੂੰ ਬਦਾਮ, ਇੱਦਾਂ ਹੀ ਉੱਥੇ ਭਗਉਤੀ ਦਾ ਅਰਥ ਤਲਵਾਰ ਦਿੱਤਾ ਗਿਆ। ਫਿਰ ਇੱਕ ਭਗਉਤੀ ਦਾ ਅਰਥ ਹੋਰ ਆਉਂਦਾ ਹੈ ਜੋ ਕਿ ਤੁਹਾਨੂੰ ਭਾਈ ਕਾਨ ਸਿੰਘ ਨਾਭਾ ਦੀ ਮਾਨਕੋਸ਼ ਦੇ ਵਿੱਚ ਤਾਂ ਨਹੀਂ ਹੈ, ਪਰ ਇਹ ਤੁਹਾਨੂੰ ਜਦੋਂ ਤੁਸੀਂ ਗੁਜਰਾਤ ਵਾਲੇ ਇਲਾਕੇ 'ਚ ਜਾਂਦੇ ਜੇ ਨਾ ਅਹਿਮਦਾਬਾਦ, ਹਾਂਜੀ ਅਹਿਮਦਾਬਾਦ ਦੇ ਇਲਾਕੇ ਦੇ ਵਿੱਚ ਜਿਹੜੇ ਰਾਸ ਪਾਉਂਦੇ ਨੇ, ਰਾਸ ਪਾਉਣ ਵਾਲੇ ਲੋਕ ਘੁੰਗਰੂ ਜੇ ਬੰਨ ਕੇ ਪੈਰਾਂ 'ਤੇ ਨੱਚਦੇ ਨੇ ਜਿਹੜੇ, ਅਤੇ ਉਹ ਜਿਹੜੇ ਨੱਚਦੇ ਨੇ ਉਹਨਾਂ ਨੂੰ ਭਗਤ ਪਾਉਣਾ ਕਹਿੰਦੇ ਨੇ, ਅਤੇ ਜਿਹੜਾ ਭਗਤ ਪਾਉਂਦਾ ਹੈ ਉਹ ਭਗਤ ਪਾਉਣ ਵਾਲੇ ਬੰਦੇ ਨੂੰ ਵੀ ਭਗਉਤੀ ਆਖਿਆ ਜਾਂਦਾ ਹੈ। ਸੋ ਇਹ ਚਾਰਕ ਰੂਪ ਜੋ ਮੇਰੇ ਮੈਨੂੰ ਮਹਿਸੂਸ ਹੁੰਦਾ ਵੀ ਚਾਰਕ ਰੂਪ ਨੇ, ਲੇਕਿਨ ਜੋ ਗਰੰਟੀ ਨਾਲ ਇੱਕ ਗੱਲ ਕਹੀ ਜਾ ਸਕਦੀ ਹੈ ਵੀ ਅਕਾਲ ਪੁਰਖ ਦੇ ਰੂਪ ਦੇ ਵਿੱਚ ਭਗਉਤੀ ਕਿਤੇ ਵੀ ਨਹੀਂ ਆਇਆ, ਅਤੇ ਕਿਤੇ ਵੀ ਇਹ ਭਗਉਤੀ ਦਾ ਸਰੂਪ ਤੁਹਾਨੂੰ ਅਕਾਲ ਪੁਰਖ ਦੇ ਰੂਪ 'ਚ ਨਹੀਂ ਮਿਲੇਗਾ। ਗੁਰੂ ਗ੍ਰੰਥ ਸਾਹਿਬ ਤੋਂ ਉੱਤੇ ਸਾਡੇ ਕੋਲ ਪੈਮਾਨਾ ਕੋਈ ਨਹੀਂ, ਅਤੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਭਗਉਤੀ ਅਕਾਲ ਪੁਰਖ ਦੇ ਰੂਪ ਵਿੱਚ ਨਹੀਂ ਆਈ। ਦੂਸਰੀ ਗੱਲ ਹੁਣ ਆਪਾਂ ਅੱਗੇ ਵੱਧ, ਇਹ ਆ ਅਰਥ ਜਿਹਨੂੰ ਆਪਾਂ ਜੇ ਸ਼ਬਦਾਰਥ ਦੇ ਤੌਰ 'ਤੇ ਲਿਆ। ਜੇ ਮੈਂ ਇਹਦੇ ਵਿੱਚ ਗੱਲ 'ਚੋਂ ਯਾਦ ਆਉਂਦਾ ਨਾ, ਜੇ ਦੇਖੋ ਬਹੁਤ ਹਰ ਕਰੀਬ ਕਰੀਬ ਹਰ ਸਿੱਖ ਦੇ ਘਰ 'ਚ ਸੁਖਮਨੀ ਸਾਹਿਬ ਦੇ ਪਾਠ ਹੁੰਦੇ ਆ। ਹਾਂਜੀ ਪ੍ਰਭ ਕਾ ਹੁਣ ਇਹ ਪ੍ਰਥਮ ਭਗਵਤੀ ਸਿਮਰ ਕੇ, ਗੱਲ ਉੱਥੋਂ ਖਰਾਬ ਹੋਈ ਨਾ। ਹਾਂਜੀ ਉਹਦੇ ਵਿੱਚ ਹੈ ਕਿ ਪ੍ਰਭ ਕਾ ਸਿਮਰਨ ਸਭ ਤੋਂ ਉੱਚਾ। ਦੇਖੋ ਇਹਦੇ 'ਚ ਤੁਸੀਂ ਇਹਨੂੰ ਤੁਸੀਂ ਹੋਰ ਖੋਲ੍ਹ ਸਕਦੇ ਜੇ ਤੁਸੀਂ ਗੱਲ ਕੀਤੀ ਹੈ, ਇਹਦੇ ਗੱਲ ਦੇ ਵਿੱਚੋਂ ਗੱਲਾਂ ਨਿਕਲਦੀਆਂ ਨੇ। ਭਗਉਤੀ ਇਹ ਇੱਕ ਫੈਮਨ ਜੈਂਡਰ ਹੈ, ਫੀਮੇਲ ਜੈਂਡਰ ਹੈ। ਹਾਂਜੀ ਹਾਂਜੀ ਗੁਰਬਾਣੀ ਦਾ ਜੋ ਇਸ਼ਟ ਹੈ, ਗੁਰੂ ਸਾਹਿਬ ਨੇ ਜਿਸ ਇਸ਼ਟ ਨੂੰ ਗੁਰਬਾਣੀ ਦੇ ਵਿੱਚ ਫਿੱਟ ਕੀਤਾ ਹੈ, ਹਾਂਜੀ ਜਾਂ ਜਿਹਦੇ ਨਾਲ ਜਿਹੜਾ ਵਾ ਇੱਕ ਇਸ਼ਟ ਆਦਰਸ਼ ਦੇ ਰੂਪ ਦੇ ਵਿੱਚ, ਧਾਰਮਿਕ ਅਕੀਦੇ ਦੇ ਰੂਪ ਦੇ ਵਿੱਚ ਸਾਨੂੰ ਦਿੱਤਾ ਗਿਆ ਹੈ, ਉਹ ਹੈ ਪੁਰਖਵਾਚਕ, ਇਸਤਰੀਵਾਚਕ ਨਹੀਂ ਹੈ। ਇਸੇ ਕਰਕੇ ਜੇ ਉਹ ਪੁਰਖਵਾਚਕ ਇਸ਼ਟ ਆ ਤੇ ਗੁਰੂ ਸਾਹਿਬਾਨ ਨੇ ਇਸੇ ਕਰਕੇ ਕਹਿ ਦਿੱਤਾ ਇਸ ਜੱਗ ਮੈਂ ਪੁਰਖ ਏਕ ਹੈ। ਤੁਸੀਂ ਇਹ ਵੇਖੋ ਵੀ ਜੇ ਗੁਰੂ ਸਾਹਿਬ ਆਪਣੇ ਆਪ ਨੂੰ ਨਾਰ ਕਹਿ ਰਹੇ ਨੇ ਤੇ ਉਹ ਇੱਕ ਗੱਲ ਮੰਨ ਰਹੇ ਨੇ ਵੀ ਜੋ ਇਸ਼ਟ ਦਾ ਰੂਪ ਹੈ ਉਹ ਪੁਰਖਵਾਚੀ ਦਿੱਤਾ ਗਿਆ, ਇਸ ਜੱਗ ਮੈਂ ਪੁਰਖ ਏਕ ਹੋਰ ਸਗਲੀ ਨਾਰ ਸਬਾਈ, ਜਾਂ ਮੇਲ ਜੈਂਡਰ ਹੈ, ਜਾਂ ਤੁਸੀਂ ਗੁਰੂ ਅਰਜਨ ਪਾਤਸ਼ਾਹ ਜੀ ਹੋਰ ਵੀ ਲਿਖਦੇ ਨੇ ਮੈਂ ਕਾਮਨ ਮੇਰਾ ਕੰਤ ਕਰਤਾਰ, ਵੀ ਮੈਂ ਕਾਮਨ ਆ ਮੈਂ ਇਸਤਰੀ ਹਾਂ, ਜਿਹੜਾ ਮੇਰਾ ਕੰਤ ਆ ਉਹ ਕਰਤਾਰ ਹੈ। ਹੁਣ ਇਸਤਰੀ ਆਪਣੇ ਆਪ ਨੂੰ ਇਸਤਰੀ ਸੰਬੋਧਨ ਕਰਦੇ ਨੇ, ਕਰਤਾਰ ਨੂੰ ਅਕਾਲ ਪੁਰਖ ਨੂੰ ਇੱਕ ਪੁਰਖ ਦੇ ਰੂਪ ਦੇ ਵਿੱਚ ਦੇਖਦੇ ਨੇ ਵੀ ਉਹ ਮੇਰਾ ਪਤੀ ਹੈ ਉਹ ਮੇਰਾ ਪਰਮੇਸ਼ਰ ਹੈ। ਠੀਕ ਹੈ ਜੀ। ਹੁਣ ਤੁਸੀਂ ਵੇਖੋ ਇਸ਼ਟ ਦਾ ਰੂਪ ਮੇਲ ਜੈਂਡਰ ਦੇ ਵਿੱਚ ਆ, ਹੁਣ ਇਹ ਫੀਮੇਲ ਜੈਂਡਰ ਨੂੰ ਅਰਦਾਸ ਦੇ ਉੱਤੇ ਫਿੱਟ ਕਰਕੇ ਇਸ਼ਟ ਦਾ ਰੂਪ ਦੇ ਰਹੇ ਨੇ, ਫਿਰ ਮੈਨੂੰ ਇਹ ਦੱਸ ਦੇਣ ਵੀ ਮੈਂ ਕਾਮਨ ਮੇਰਾ ਕੰਤ ਕਰਤਾਰ, ਉੱਥੇ ਗੁਰੂ ਸਾਹਿਬ ਆਪਣੇ ਆਪ ਨੂੰ ਕਾਮਨ ਕਹਿ ਰਹੇ ਨੇ ਅਤੇ ਫਿਰ ਭਗਉਤੀ ਨੂੰ ਤੁਸੀਂ ਇੱਥੇ ਕਰਤਾਰ ਕਹੋਗੇ?
ਇੱਥੇ ਭਗਵਤੀ ਨੂੰ ਤੁਸੀਂ ਮੇਲ ਜੈਂਡਰ ਕਿਵੇਂ ਸਿੱਧ ਕਰੋ, ਕਿਉਂਕਿ ਭਗਵਤੀ ਤੇ ਫੀਮੇਲ ਜੈਂਡਰ ਚ ਆ ਗਿਆ, ਤੁਹਾਨੂੰ ਦੱਸਿਆ ਨਹੀਂ ਕਿਸੇ ਨਾਲ ਤਾਂ। ਤੁਸੀਂ ਅਗਲੇ ਬੰਨੇ ਹੋਰ ਵੇਖੋ, ਇਹ ਤਿਆ ਗੁਰਬਾਣੀ ਦੇ ਵਿੱਚ ਜਦੋਂ ਅਸੀਂ ਜਾ ਕੇ ਦੇਖਦੇ ਹਾਂ ਭਗਵਤੀ ਦਾ, ਜਿਹੜਾ ਆਪਾਂ ਸ਼ੋਰਟ ਦੇ ਵਿੱਚ ਵੇਖਣਾ ਹੈ ਵੀ ਭਗਵਤੀ ਦਾ ਸਾਨੂੰ ਕੌਮੀ ਤੌਰ 'ਤੇ ਨੁਕਸਾਨ ਕੀ ਹੈ। ਹਾਂਜੀ ਵੇਖੋ, ਤੁਹਾਡਾ ਧਾਰਮਿਕ ਅਕੀਦਾ ਜੋ ਹੈ, ਜੋ ਤੁਹਾਡਾ ਇਸ਼ਟ ਰੂਪ ਹੈ, ਉਹ ਹੈ ਇੱਕ ਓਂਕਾਰ। ਹਾਂਜੀ, ਜਿਹਨੂੰ ਅਸੀਂ ਕੌਨਸੈਪਟ ਆਫ ਵਨਨੈਸ ਕਹਿੰਦੇ ਹਾਂ। ਹੁਣ ਇੱਕ ਓਂਕਾਰ ਤੁਹਾਡਾ ਧਰਮ ਦਾ, ਤੁਹਾਡੇ ਇਸ਼ਟ ਦਾ ਰੂਪ ਹੈ। ਜਦੋਂ ਭਗਵਤੀ ਆ ਗਈ, ਹਾਂਜੀ, ਕਿਉਂਕਿ ਤੁਸੀਂ ਸੁਪਰੀਮ ਅਥਾਰਟੀ ਜਿਹੜੀ ਭਗਵਤੀ ਨੂੰ ਦੇ ਦਿੱਤੀ, ਜਦੋਂ ਕਹਿਤਾ ਨਾ ਪ੍ਰਥਮ ਭਗਵਤੀ ਸਿਮਰ ਕੈ, ਸੁਪਰੀਮ ਅਥਾਰਟੀ ਆ ਗਈ ਭਗਵਤੀ ਤੋਂ, ਤੁਹਾਡਾ ਜਿਹੜਾ ਕੌਨਸੈਪਟ ਆਫ ਵਨਨੈਸ ਹੈ, ਜੋ ਇੱਕ ਓਂਕਾਰ ਦਾ ਵਿਸ਼ਾ ਹੈ, ਉਹ ਆਪਣੇ ਆਪ ਹੀ ਖਤਮ ਹੋ ਗਿਆ, ਰੱਦ ਹੋ ਗਿਆ। ਹੁਣ ਵਿਪਰ ਸਮਾਜ ਚਾਹੁੰਦਾ ਕੀ ਹੈ ਵੀ ਤੁਹਾਡਾ ਜਿਹੜਾ ਇੱਕ ਓਂਕਾਰ ਦਾ ਸੰਕਲਪ ਹੈ, ਇਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਖਤਮ ਕਰ ਦਿੱਤਾ ਜਾਵੇ। ਹੁਣ ਮੇਨ ਜੋ ਵਿਪਰ ਦਾ ਜ਼ੋਰ ਲੱਗ ਰਿਹਾ ਉਹ ਸਿਰਫ ਤੁਹਾਡੇ, ਕਿਉਂਕਿ ਇੱਥੇ ਦੋ ਵਿਚਾਰਧਾਰਾਵਾਂ ਲੜ ਰਹੀਆਂ ਨੇ। ਇੱਕ ਬੰਨੇ ਪੋਲੀਥੀਜ਼ਮ ਹੈ, ਹਾਂਜੀ, ਜਿਹਨੂੰ ਅਸੀਂ ਬਹੁ ਅਵਤਾਰਵਾਦ ਕਹਿ ਦਿੰਦੇ ਹਾਂ। ਦੂਸਰੇ ਬੰਨੇ ਕੌਨਸੈਪਟ ਆਫ ਵਨਨੈਸ ਹੈ। ਹੁਣ ਜਿੱਥੇ ਪੋਲੀਥੀਜ਼ਮ ਹੈ, ਜਿੱਥੇ ਦੇਵੀ ਦੇਵਤਿਆਂ ਦੀ ਗੱਲ ਕੀਤੀ ਹੈ, ਜਿੱਥੇ ਬ੍ਰਹਮਾ ਵਿਸ਼ਨ ਮਹੇਸ਼ ਦੀ ਗੱਲ ਕੀਤੀ ਗਈ ਹੈ, ਉੱਥੇ ਉਸੇ ਸਮਾਜ ਦੇ ਵਿੱਚ ਰਹਿ ਕੇ ਤੁਸੀਂ 1.7% ਲੋਕ 'ਤੇ ਨਾਰਾ ਲਾਈ ਜਾਂਦੇ ਜੇ ਵੀ ਮੇਰਾ ਜਿਹੜਾ ਸੰਬੰਧ ਹੈ ਉਹ ਇੱਕ ਓਂਕਾਰ ਦੇ ਨਾਲ ਹੈ, ਤੁਸੀਂ ਮੈਨੂੰ ਦੱਸੋ ਵੀ ਤੁਹਾਨੂੰ ਇਹ ਨਾਰਾ ਕਿਵੇਂ ਲਾਉਣ ਦਿੱਤਾ ਜਾਏਗਾ। ਇਸ ਕਰਕੇ ਤੁਹਾਡੇ ਇਸ਼ਟ ਦਾ ਖਾਤਮਾ ਕਰ ਦਿੱਤਾ ਜਾਵੇ, ਤੁਹਾਡੇ ਕੋਲੋਂ ਇੱਕ ਓਂਕਾਰ ਖੋਹ ਲਿਆ ਜਾਵੇ ਅਤੇ ਤੁਹਾਨੂੰ ਭਗਵਤੀ ਦੇ, ਭਵਾਨੀ ਦੇ, ਦੁਰਗਾ ਦੇ ਉਪਾਸ਼ਕ ਬਣਾ ਦਿੱਤਾ ਜਾਵੇ, ਸਭ ਤੋਂ ਪਹਿਲਾ ਨੁਕਸਾਨ ਭਗਵਤੀ ਦਾ ਇਹ ਹੈ ਵੀ ਤੁਹਾਡਾ ਇਸ਼ਟ ਖਤਮ ਹੋ ਜਾਏਗਾ, ਬਹੁਤ ਬੜਾ ਨੁਕਸਾਨ ਹੈ। ਆਦਰਸ਼ ਅਗਲੇ ਬੰਨੇ, ਹਰ ਜੋ ਤੁਹਾਡਾ ਇਸ਼ਟ ਹੁੰਦਾ ਹੈ, ਜੋ ਧਾਰਮਿਕ ਅਕੀਦਾ ਜਿਵੇਂ ਇੱਕ ਓਂਕਾਰ ਹੈ, ਹਾਂਜੀ, ਇਸ਼ਟ ਸਰੂਪ ਹੈ। ਹੁਣ ਇਸ਼ਟ ਸਰੂਪ ਦੇ ਗੁਣ ਨੇ, ਜਿਵੇਂ ਇੱਕ ਓਂਕਾਰ ਹੈ ਉਹ ਸਤਿਆ ਹੈ, ਸਤਨਾਮ ਹੈ, ਉਹ ਕਰਤਾ ਹੈ, ਉਹ ਪੁਰਖ ਹੈ, ਫਿਰ ਸਮਾਇਆ ਹੋਇਆ ਹੈ, ਉਹ ਨਿਰਭਉ ਹੈ, ਨਿਰਵੈਰ ਹੈ, ਉਹ ਕਾਲ ਮੂਰਤ ਹੈ, ਉਹ ਜੁਨੀ ਹੈ, ਉਹ ਸਾਹਿਬ ਹੰਗ ਹੈ। ਹੁਣ ਤੁਸੀਂ ਵੇਖੋ ਵੀ ਇਹ ਤੁਹਾਡਾ ਇਸ਼ਟ ਦਾ, ਇਹ ਇਸ਼ਟ ਦੇ ਵਿਸ਼ੇਸ਼ਣ ਨੇ। ਹਾਂਜੀ, ਜਦੋਂ ਤੁਹਾਡਾ ਇਸ਼ਟ ਖਤਮ ਕਰ ਦਿੱਤਾ ਗਿਆ, ਤੁਹਾਡੇ ਅੰਦਰੋਂ ਨਿਰਭਉਤਾ ਦਾ ਵਿਸ਼ੇਸ਼ਣ ਚਲਾ ਗਿਆ, ਨਿਰਵੈਰ ਦਾ ਵਿਸ਼ੇਸ਼ਣ ਚਲਾ ਗਿਆ, ਤੁਹਾਡੇ ਅੰਦਰੋਂ ਸਤਿਆ ਦਾ ਵਿਸ਼ੇਸ਼ਣ ਚਲਾ ਗਿਆ, ਤੁਹਾਡੇ ਅੰਦਰੋਂ ਅਕਾਲ ਦਾ ਵਿਸ਼ੇਸ਼ਣ ਚਲਾ ਗਿਆ, ਤੁਹਾਡੇ ਅੰਦਰੋਂ ਸਹਿਬਹੰਗ ਦਾ ਵਿਸ਼ੇਸ਼ਣ ਚਲਾ ਗਿਆ, ਇਹ ਤੁਹਾਡੇ ਵਿਸ਼ੇਸ਼ਣ ਆਪਣੇ ਆਪ ਖਤਮ ਹੋ ਜਾਣੇ। ਤੁਹਾਡਾ ਆਦਰਸ਼ ਜੋ ਹੈ ਨਾ, ਤੁਹਾਡਾ ਆਦਰਸ਼ ਹੈ ਇੱਕ ਓਂਕਾਰ। ਜਦੋਂ ਤੁਹਾਡੇ ਕੋਲੋਂ ਭਗਵਤੀ ਰਾਹੀਂ ਇੱਕ ਓਂਕਾਰ ਖੋਹ ਲਿਆ ਗਿਆ ਤੇ ਤੁਹਾਡੇ ਆਪਣੇ ਆਪ ਹੀ ਜਿਹੜੇ ਗੁਣ ਹੈ ਖੰਭ ਲਾ ਕੇ ਉੱਡ ਜਾਣਗੇ। ਗੱਲ ਯਾਦ ਰੱਖਣਾ ਹੈ, ਭਗਵਤੀ ਦੀਆਂ ਵਾਰਾਂ ਗਾਉਣ ਵਾਲੇ, ਜੈ ਭਗਵਤੀ ਜੈ ਭਗਵਤੀ ਕਰਨ ਵਾਲੇ, ਜਾਂ ਭਗਵਤੀ ਦਾ ਸਮਾਜ 1469 ਤੋਂ ਪਹਿਲਾਂ ਇਹ ਰੱਜ ਕੇ ਕੁੱਟ ਖਾਂਦਾ ਰਿਹਾ। ਧੰਨ ਸੀ ਉਹ ਸਮਾਜ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਇੱਕ ਓਂਕਾਰ ਦਾ ਨਾਰਾ ਲਾਉਂਦਾ ਸੀ ਅਤੇ ਜਿਹਨੇ ਤਾਰੂ ਪੋਪਟ ਵਰਗੇ ਨਿਰਭਉਤਾ 'ਚੋਂ ਪੈਦਾ ਕੀਤੇ। ਜੇ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਓਂਕਾਰ ਕਿਹਾ ਨਾ ਤੇ ਉਹਨੂੰ ਨਿਰਭਉ ਦਰਸਾਇਆ ਅਤੇ ਨਿਰਭਉ ਸਮਾਜ ਪੈਦਾ ਕੀਤਾ ਗਿਆ। ਜਿਹੋ ਜਿਹਾ ਰੱਬ ਦਾ ਰੂਪ ਹੁੰਦਾ ਹੈ, ਉਹੋ ਜਿਹਾ ਇਸ ਸਮਾਜ ਪੈਦਾ ਹੁੰਦਾ ਹੈ। ਜਿਸ ਰੱਬ ਦੇ ਨਾਲ ਤੁਹਾਡਾ ਸੰਬੰਧ, ਜਿਸ ਇਸ਼ਟ ਨਾਲ ਸੰਬੰਧਿਤ ਹੈ, ਜਿਹੋ ਜਿਹਾ ਉਹਦਾ ਰੂਪ ਦਰਸਾਇਆ ਗਿਆ ਹੈ ਨਾ, ਸਮਾਜ ਆਪਣੇ ਆਪ ਉਸ ਆਦਰਸ਼ ਨੂੰ ਅਡਾਪਟ ਕਰ ਲੈਂਦਾ ਹੈ। ਹੁਣ ਅਗਲੇ ਬੰਨੇ ਅਸੀਂ ਜਦੋਂ ਦੇਖਦੇ ਹਾਂ ਵੀ ਭਗਵਤੀ ਜੋ ਹੈ
ਇਹ ਸਿੱਖ ਵਿਲੱਖਣਤਾ 'ਤੇ ਚੋਟ ਮਾਰਦੀ ਹੈ। ਤੁਸੀਂ ਕਹੋਗੇ ਵੀ ਸਿੱਖ ਵਿਲੱਖਣਤਾ 'ਤੇ ਚੋਟ ਕਿਉਂ ਕਿਵੇਂ ਮਾਰਦੀ ਹੈ? ਸਿੱਖ ਇੱਕ ਵੱਖਰੀ ਕੌਮ ਹੈ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈ ਵੀ ਸਿੱਖ ਇੱਕ ਵੱਖਰੀ ਕੌਮ ਨਹੀਂ ਹੈ। ਸਾਡੀ ਆਪਣੀ ਪਰਟੀਕੁਲੈਰਿਟੀ ਹੈ, ਆਪਣੀ ਵਿਲੱਖਣਤਾ ਹੈ। ਤੁਸੀਂ ਵੇਖੋ ਵੀ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਪੰਥ ਮਤਲਬ ਰਸਤਾ, ਕੋਈ ਵੀ ਰਸਤਾ ਐਸਾ ਨਹੀਂ ਹੈ ਜਿਹਨੂੰ ਫਾਊਂਡ ਕੀਤਾ ਗਿਆ ਹੋਵੇ, ਜਿਸ ਰਸਤੇ ਨੂੰ ਸਥਾਪਿਤ ਕੀਤਾ ਗਿਆ ਹੋਵੇ ਤੇ ਉਹ ਮੰਜ਼ਿਲ ਤੋਂ ਬਿਨਾਂ ਹੋਵੇ। ਜਿਹੜਾ ਪੰਥ ਗੁਰੂ ਨਾਨਕ ਪਾਤਸ਼ਾਹ ਨੇ ਚਲਾਇਆ, ਉਸ ਪੰਥ ਤੇ ਚੱਲਣ ਵਾਲੇ ਪੰਥੀ ਪੈਦਾ ਹੋਏ। ਉਹ ਪੰਥੀ ਕਿਹੜੇ ਸਨ? ਜਿਨ੍ਹਾਂ ਨੇ ਭਗਉਤੀ ਨੂੰ ਤੁਮ ਕਹੀ ਅਤੇ ਆਦ ਭਵਾਨੀ ਮੁਕਤ ਕੀ ਬਰੀਆ ਕਹਾਂ ਛੁਪਾਨੀ, ਵੀ ਜਿਨ੍ਹਾਂ ਨੇ ਇਸ ਭਵਾਨੀ ਨੂੰ ਚੈਲੰਜ ਕੀਤਾ, ਵੇਖੀ ਹੈ ਵੱਡੀ ਪਾਂਡੇ ਤੇਰਾ ਮਹਾਂਦੇਵ ਸੋ ਵੀ ਆਵਤ ਦੇਖਿਆ ਦਾ, ਮੈਂ ਤੇਰਾ ਮਹਾਂਦੇਵ ਵੀ ਵੇਖਿਆ ਹੈ, ਮੈਂ ਤੇਰੀ ਭਵਾਨੀ ਵੀ ਦੇਖੀ ਹੈ, ਮੈਂ ਤੇਰਾ ਰੋਵੇ ਰਾਮ ਨਿਕਾਲਾ ਪਿਆ ਤੇਰਾ ਰਾਮ ਵੀ ਵੇਖਿਆ ਹੈ। ਇਹ ਉਹ ਪੰਥੀ ਸਨ ਨਾਨਕ ਪੰਥ ਤੇ ਚੱਲਣ ਵਾਲੇ ਜਿਨ੍ਹਾਂ ਨੇ ਇਹਨਾਂ ਦਾ ਬਾਈਕਾਟ ਕੀਤਾ ਸੀ, ਜਿਨ੍ਹਾਂ ਨੇ ਇਸ ਵਿਪਰ ਸਮਾਜ ਨੂੰ ਨਕਾਰਿਆ ਸੀ। ਹੁਣ ਜਦੋਂ ਉਸ ਪੰਥ ਤੇ ਚੱਲਣ ਵਾਲੇ ਪੰਥੀ ਤੇ ਪੰਥੀਆਂ ਦਾ ਇੱਕ ਸਮੂਹ ਬਣਿਆ, ਇੱਕ ਸਮਾਜ ਬਣਿਆ, ਉਹ ਸਮਾਜ ਦੇ ਆਪਣੇ ਇੱਕ ਸੱਭਿਆਚਾਰਕ ਢਾਂਚੇ ਸਨ, ਆਪਣੇ ਧਾਰਮਿਕ ਅਕੀਦੇ ਸਨ, ਆਪਣੀ ਉਹਨਾਂ ਦੀ ਇੱਕ ਪੋਲੀਟੀਕਲ ਆਈਡਿਆਲੋਜੀ ਸੀ। ਜਿਹੜੀ ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਨਾਰਾ ਲਾਉਂਦੇ ਨੇ ਵੀ ਰਾਜੇ ਸ਼ੀ ਮੁਕੱਦਮ ਕੁੱਤੇ, ਇਹਦਾ ਮਤਲਬ ਨਹੀਂ ਵੀ ਗੁਰੂ ਨਾਨਕ ਪਾਤਸ਼ਾਹ ਜੀ ਕਮੈਂਟੇਟਰ ਨੇ, ਵੀ ਉਹਨਾਂ ਨੂੰ ਸਿਰਫ ਕਮੈਂਟਰੀ ਕਰਨ ਦੀ ਦਾ ਸ਼ੌਂਕ ਹੈ ਜੀ, ਉਹਨਾਂ ਨੇ ਕਮੈਂਟ ਕਰ ਦਿੱਤਾ ਵੀ ਰਾਜੇ ਸ਼ੀ ਮੁਕੱਦਮ ਕੁੱਤੇ, ਵੀ ਰਾਜੇ ਮਾੜੇ ਨੇ ਰੱਥ ਪੀਣੇ ਰਾਜੇ ਸਿਰੇ ਉੱਪੇ ਰੱਖੇ, ਇਹ ਐਸੀ ਕੋਈ ਗੱਲ ਨਹੀਂ। ਗੁਰੂ ਪਾਤਸ਼ਾਹ ਜੀ ਜਦੋਂ ਕਮੈਂਟ ਕਰਦੇ ਨੇ ਨਾਲ ਚੇਂਜ ਚਾਹੁੰਦੇ ਨੇ, ਜਿਹੜਾ ਰਾਜਸੀ ਵਿਰੋਧ ਕਰੇ ਉਹ ਇੱਕ ਇਕੱਲਾ ਪੰਥ ਨਹੀਂ ਹੋ ਸਕਦਾ। ਰਾਜਸੀ ਵਿਰੋਧ ਉਸ ਪੰਥ ਦਾ ਇੱਕ ਹਿੱਸਾ ਸੀ ਜਿਹਦੇ ਵਿੱਚ ਆਪੋ ਆਪਣੇ ਆਪਣੇ ਪੋਲੀਟੀਕਲ ਢਾਂਚੇ ਸਨ, ਸਮਾਜੀ ਢਾਂਚੇ ਆਪਣੇ ਉਸਰੇ ਗਏ ਸਨ, ਜਿਹਦੇ ਵਿੱਚ ਧਾਰਮਿਕ ਅਕੀਦਾ ਜਿਹੜਾ ਸਾਡਾ ਉਸ ਸਮਾਜ ਨਾਲੋਂ ਵੱਖਰਾ ਸੀ ਜਿੱਥੇ ਅਸੀਂ ਰਹਿੰਦੇ ਸਾਂ। ਉਸ ਪੰਥ 'ਤੇ ਚੱਲਣ ਵਾਲੇ ਪੰਥੀਆਂ ਦਾ ਜਦੋਂ ਸਮੂਹ ਵੱਡਾ ਹੁੰਦਾ ਗਿਆ, ਉਹ ਹੀ ਸਿੱਖ ਸਮਾਜ ਇੱਕ ਕੌਮ ਦੇ ਰੂਪ ਦੇ ਵਿੱਚ ਉੱਭਰਦਾ ਹੈ। ਜਿਹੜੀ ਨੇਸ਼ਨ ਹੈ, ਜਿਹੜਾ ਕੌਨਸੈਪਟ ਆਫ ਨੇਸ਼ਨ ਹੈ, ਨੇਸ਼ਨ ਕਿੱਥੋਂ ਪੈਦਾ ਹੁੰਦੀ ਹੈ? ਨੇਸ਼ਨ ਜਾਂ ਤਾਂ ਕੌਮ ਜਾਂ ਕਬੀਲੇ 'ਚੋਂ ਨਿਕਲਦੀ ਹੈ, ਕਿਉਂਕਿ ਕਬੀਲੇ 'ਚੋਂ ਵੀ ਕੌਮ ਉਦੋਂ ਨਿਕਲਦੀ ਹੈ ਜਦੋਂ ਕਬੀਲੇ ਵਿਕਸਿਤ ਹੁੰਦੇ ਨੇ, ਜਦੋਂ ਕਬੀਲਿਆਂ ਨੂੰ ਆਪਣੇ ਹੱਕਾਂ ਪ੍ਰਤੀ ਜਿਹੜੀ ਜਾਗਰੂਕਤਾ ਆਉਂਦੀ ਹੈ, ਜਦੋਂ ਕਬੀਲਿਆਂ ਦੇ ਸੱਭਿਆਚਾਰ ਇੰਨੇ ਸਟਰੋਂਗ ਹੋ ਜਾਂਦੇ ਨੇ ਵੀ ਉਸ ਸੱਭਿਆਚਾਰ ਨੂੰ ਛੱਡ ਕੇ ਬਾਹਰ ਨਿਕਲਣਾ ਉਹਨਾਂ ਵਾਸਤੇ ਮੌਤ ਹੁੰਦੀ ਹੈ। ਹੁਣ ਇਹ ਪੰਥ ਦੇ ਚੱਲਣ ਵਾਲੇ ਪੰਥੀ, ਇਹਨਾਂ ਦਾ ਹਰ ਢਾਂਚਾ ਆਪਣਾ ਸੀ, ਉਸ ਢਾਂਚੇ 'ਚੋਂ ਬਾਹਰ ਨਿਕਲਣਾ ਇਹਨਾਂ ਵਾਸਤੇ ਮੌਤ ਸੀ। ਜਿਹੜਾ ਅੱਜ ਅਸੀਂ ਆਪਣੀ ਕੌਮੀ ਘਰ ਦੀ ਗੱਲ ਕਰਦੇ ਹਾਂ, ਕੌਮੀ ਘਰ ਅੱਜ ਦੀ ਗੱਲ ਨਹੀਂ ਹੈ। ਤੁਸੀਂ ਜਿਹੜਾ ਕਰਤਾਰਪੁਰ ਵਸਾਉਣ ਵਾਲੀ ਗੱਲ ਹੈ, ਜਿਹੜਾ ਗੋਇੰਦਵਾਲ ਵਸਾਉਣ ਵਾਲੀ ਗੱਲ ਹੈ, ਜਿਹੜਾ ਖਡੂਰ ਵਸਾਉਣ ਵਾਲੀ ਗੱਲ ਹੈ, ਇਹ ਕੀ ਹੈ ਜੀ? ਤੁਹਾਨੂੰ ਨਗਰ, ਤੁਸੀਂ ਕੱਲੀ ਆਪਣੇ ਨਗਰ ਵਸਾ ਰਹੇ ਜੇ। ਨਗਰ ਦਾ ਮਤਲਬ ਹੈ ਤੁਸੀਂ ਉੱਥੇ ਰਹਿ ਕੇ ਇੱਕ ਮਾਡਲ ਪੇਸ਼ ਕਰ ਰਹੇ ਜੇ। ਦੇਸ਼ ਦਾ ਮਤਲਬ ਵੀ ਇਹ ਨਹੀਂ ਵੀ ਕਬਜ਼ਾ ਨੀਤੀ ਇੱਥੇ, ਦੇਸ਼ ਦਾ ਮਤਲਬ ਵੀ ਇਹ ਸੀ ਵੀ ਦੇਸ਼ ਇੱਕ ਮਾਡਲ ਦੇ ਰੂਪ ਦੇ ਵਿੱਚ ਹੋਵੇ, ਵੀ ਆਹ ਖਾਲਸਾਈ ਵਿਚਾਰਧਾਰਾ ਦਾ ਇੱਕ ਮਾਡਲ ਹੈ। ਇਹਦਾ ਮਤਲਬ ਇਹ ਨਹੀਂ ਵੀ ਇੱਕ ਸਿੱਖ ਨੇ ਜਿਹੜਾ ਇੱਕ ਦੇਸ਼ ਦੇ ਵਿੱਚ ਸੀਮਤ ਹੋ ਕੇ ਰਹਿਣਾ, ਉਹ ਸਿਰਫ ਇੱਕ ਮਾਡਲ ਦੇ ਰੂਪ ਵਿੱਚ ਹੁੰਦੇ ਨੇ। ਜਿਵੇਂ ਨਗਰ ਸਾਡੇ ਕੋਲ ਸਨ, ਦਰਬਾਰ ਆਪਣਾ ਅੰਮ੍ਰਿਤਸਰ ਹੈ, ਬਸਰ ਕੇ ਹੈ, ਜਾਂ ਗੋਂਦਵਾਲ ਹੈ, ਜਾਂ ਖਡੂਰ ਸਾਹਿਬ ਹੈ, ਕਰਤਾਰਪੁਰ ਹੈ, ਇੱਕ ਮਾਡਲ ਦੇ ਰੂਪ ਵਿੱਚ ਸਨ ਅਤੇ ਵਸਾਏ ਅਸੀਂ। ਹੁਣ ਜਦੋਂ ਤੁਸੀਂ ਭਗਉਤੀ ਦੇ ਮਗਰ ਲੱਗਦੇ ਜੇ,
ਤੁਹਾਡਾ ਸਾਰਾ ਢਾਂਚਾ ਜਿਹੜਾ ਹੈ, ਭਾਵੇਂ ਉਹ ਸਮਾਜੀ ਹੈ, ਤੁਹਾਡਾ ਧਾਰਮਿਕ ਹੈ, ਸਾਰਾ ਢਾਂਚਾ ਜਿਹੜਾ ਵਾ ਸਭ ਕੁਝ ਖਤਮ ਹੋ ਜਾਂਦਾ ਹੈ, ਅਤੇ ਜਿਹੜੀ ਤੁਹਾਡੀ ਕੌਮੀਅਤ ਹੈ, ਜਿਹੜੀ ਤੁਹਾਡੀ ਇੱਕ ਵਿਲੱਖਣਤਾ ਹੈ, ਜਿਹੜਾ ਤੁਸੀਂ ਇੱਕ ਵੱਖਰੀ ਕੌਮ ਦਾ ਨਾਰਾ ਮਾਰਦੇ ਜੇ, ਉਹਦਾ ਤੁਸੀਂ ਉੱਦਾਂ ਉਹ ਤੋਤੇ ਦੀ ਆਜ਼ਾਦੀ ਵਾਸਤੇ, ਜਿੱਦਾਂ ਤੋਤਾ ਆਜ਼ਾਦੀ ਵਾਸਤੇ ਨਾਰਾ ਲਾਉਂਦਾ ਸੀ ਵੀ ਆਜ਼ਾਦ ਕਰੋ ਆਜ਼ਾਦ ਕਰੋ, ਲੇਕਿਨ ਆਜ਼ਾਦੀ ਨੂੰ ਡਿਫਾਈਨ ਨਹੀਂ ਸੀ ਕਰ ਪਾਉਂਦਾ ਵੀ ਆਜ਼ਾਦੀ ਹੈ ਕੀ ਹੈ, ਉਹ ਸਾਡਾ ਸਿਰਫ ਨਾਰਾ ਰਹਿ ਜਾਏਗਾ। ਸਾਡੀ ਵਿਲੱਖਣਤਾ ਕੀ ਹੈ ਵੀ ਅਸੀਂ ਆਪਣੀ ਵਿਲੱਖਣ ਵਿਚਾਰਧਾਰਾ ਨਾਲ ਜੁੜ ਜਾਈਏ। ਸਾਡੀ ਵਿਲੱਖਣਤਾ ਨਾਰਿਆਂ ਦੇ ਵਿੱਚ ਹੀ ਨਹੀਂ ਛਪੀ ਜਿਹੜੀ ਅਸੀਂ ਨਾਰੇ ਲਾਈ ਜਾਂਦੇ ਹਾਂ। ਸੋ ਇਹ ਸਾਡੀ ਵਿਲੱਖਣਤਾ ਦਾ ਇੱਕ ਨੁਕਸਾਨ ਹੈ। ਸਾਡੀ ਕੌਮੀ ਤੌਰ 'ਤੇ ਜਦੋਂ ਭਗਉਤੀ ਸਾਡੇ ਅੰਦਰ ਆ ਜਾਂਦੀ ਹੈ, ਸਾਡਾ ਕੌਮੀ ਤੌਰ 'ਤੇ ਇੱਕ ਬਹੁਤ ਵੱਡਾ ਨੁਕਸਾਨ ਹੁੰਦਾ ਹੈ, ਉਹ ਜਿਹੜਾ ਸਾਡੇ ਜੁਝਾਰੂ ਵੀਰ ਤੁਰੇ ਨੇ, ਭਾਵੇਂ ਉਹ ਇੱਕ ਕੌਨਸੈਪਟ ਆਫ ਨੇਸ਼ਨ ਦਾ ਲੈ ਕੇ ਤੁਰੇ ਨੇ, ਜਾਂ ਜਿੱਥੇ ਰਹਿ ਰਹੇ ਨੇ ਉੱਥੇ ਆਪਣੇ ਧਾਰਮਿਕ ਹੱਕ ਨੇ ਉਹਨਾਂ ਵਾਸਤੇ ਲੜ ਰਹੇ ਨੇ, ਜਾਂ ਰਾਜਸੀ ਹੱਕ ਨੇ ਉਹਨਾਂ ਵਾਸਤੇ ਲੜ ਰਹੇ ਨੇ, ਭਗਉਤੀ ਜਿਹੜੀ ਹੈ ਇਹਨਾਂ ਸਾਰਿਆਂ ਨੂੰ ਖਤਮ ਕਰ ਰਹੀ ਹੈ। ਐਗਜ਼ੈਂਪਲ ਦੇ ਤੌਰ 'ਤੇ ਤੁਸੀਂ ਭਗਉਤੀ ਨਹੀਂ ਛੱਡਦੇ, ਆ ਮੇਰੇ ਵੀਰ ਜਿਹੜੇ ਨੇਸ਼ਨ ਦੀ ਲੜਾਈ ਲੜਦੇ ਨੇ, ਜੇ ਇਹ ਵੀਰ ਵੀ ਇੱਕ ਮਿੰਟ ਵਾਸਤੇ ਸੋਚ ਲੈਣ, ਇੱਕ ਸੈਕਿੰਡ ਵਾਸਤੇ ਸੋਚ ਲੈਣ ਵੀ ਇਹ ਭਗਉਤੀ ਨਹੀਂ ਛੱਡਦੇ ਅਤੇ ਤੁਹਾਨੂੰ ਦੇਸ਼ ਦੇ ਦਿੱਤਾ ਜਾਂਦਾ। ਇੱਕ ਸਵਾਲ ਕਰਨਾ ਚਾਹੁੰਦਾ, ਇਹ ਨਹੀਂ ਵੀ ਅਸੀਂ ਇਹਨਾਂ 'ਚੋਂ ਬਾਹਰ ਅਸੀਂ ਵੇਚੀਆਂ, ਤੁਹਾਨੂੰ ਦੇਸ਼ ਦੇ ਦਿੱਤਾ ਜਾਂਦਾ, ਤੁਸੀਂ ਦੇਸ਼ ਲੈ ਕੇ ਤਾਂ ਪਹਿਲੀ ਆਪਣੀ ਅਰਦਾਸ ਕਰਨੀ ਹੈ। ਹੁਣ ਜਦੋਂ ਤੁਹਾਨੂੰ ਦੇਸ਼ ਮਿਲਿਆ, ਦੂਜਾ ਦੇਸ਼ ਤੁਹਾਡੇ ਉੱਤੇ ਚੜ੍ਹ ਕੇ ਆ ਰਿਹਾ ਵੀ ਸਾਡੇ ਕੋਲ ਇਹਨਾਂ ਦੇਸ਼ ਖੋਹ ਕਿੱਦਾਂ ਲਿਆ, ਉਹ ਬਿਲਕੁਲ ਤੁਹਾਡੇ ਉੱਤੇ ਰਫਲ ਤਾਣੀ ਖੜ੍ਹਾ ਹੈ, ਤੁਸੀਂ ਇੱਧਰਲੇ ਬੰਨਿਓ ਉੱਧਰਲੇ ਬੰਨੋ ਗੋਲੀ ਦਾ ਆਰਡਰ ਹੋਣ ਲੱਗਾ ਹੈ, ਤਾਂ ਤੁਸੀਂ ਅਰਦਾਸ ਸ਼ੁਰੂ ਕਰ ਦਿੱਤੀ ਹੈ ਪ੍ਰਥਮ ਭਗਉਤੀ ਸਿਮਰ ਕੇ, ਅਤੇ ਕਮਾਂਡਰ ਕੀ ਕਹਿੰਦਾ ਹੈ, ਆਰਡਰ ਦੇਣ ਵਾਲਾ ਕੀ ਪਤਾ ਕੀ ਕਹਿੰਦਾ ਹੈ, ਉਹ ਆਉਂਦੇ ਇੱਥੇ ਗੋਲੀ ਨਾ ਚਲਾਇਓ, ਇਹ ਹਿੰਦੁਸਤਾਨ ਪਾਰਟ ਬੀ ਹੈ, ਵੀ ਜਿਸ ਭਗਉਤੀ ਦੇ ਗੁਣ ਅਸੀਂ ਗਾਉਂਦੇ ਹਾਂ ਉਸੇ ਦੇ 'ਤੇ ਇਹ ਗਾ ਰਹੇ ਨੇ, ਫਿਰ ਕਿਹੜੀ ਗੱਲ ਹੈ, ਇਹਨਾਂ ਦੀ ਕੰਧ ਵੱਖਰੀ ਹੈ। ਮਸਲਾ ਇਹ ਹੈਗਾ ਵਾ ਵੱਖਰਾ ਦੇਸ਼ ਵੱਖਰੀ ਵੱਖਰਾ ਬਾਰਡਰ ਮਤਲਬ ਵਿਲੱਖਣ ਕੌਮ ਨਹੀਂ, ਵਿਲੱਖਣਤਾ ਤੁਹਾਡੇ ਵਿਚਾਰਾਂ ਦੇ ਆਧਾਰ 'ਤੇ ਹੈ, ਭਾਵੇਂ ਤੁਸੀਂ ਜਿੱਥੇ ਵੀ ਰਹਿੰਦੇ ਜੇ ਨਾ, ਜਿੰਨਾ ਚਿਰ ਤੁਸੀਂ ਆਪਣੇ ਸਿਧਾਂਤਾਂ ਨੂੰ ਪ੍ਰਜ਼ਰਵ ਕਰਕੇ ਨਹੀਂ ਰੱਖਦੇ, ਭਾਵੇਂ ਉਹ ਸਮਾਜੀ ਨੇ, ਭਾਵੇਂ ਉਹ ਰਾਜਸੀ ਨੇ, ਭਾਵੇਂ ਧਾਰਮਿਕ ਨੇ, ਤੁਸੀਂ ਤੁਸੀਂ ਜਿੱਥੇ ਮਰਜ਼ੀ ਚਲੇ ਜਾਓ, ਜਿੰਨਾ ਚਿਰ ਤੁਸੀਂ ਇਹਨਾਂ ਨੂੰ ਪ੍ਰਜ਼ਰਵ ਨਹੀਂ ਕਰਦੇ, ਤੁਸੀਂ ਵਿਲੱਖਣ ਕੌਮ ਦਾ ਹਿੱਸਾ ਬਣ ਹੀ ਨਹੀਂ ਸਕਦੇ। ਭਗਉਤੀ ਹਰ ਪੱਖ ਤੋਂ, ਧਾਰਮਿਕ ਪੱਖ ਤੋਂ ਤੁਹਾਨੂੰ ਦੱਸ ਦਿੱਤਾ ਹੈ ਵੀ ਤੁਹਾਡਾ ਇਸ਼ਟ ਖਤਮ ਹੋ ਜਾਏਗਾ ਜਿਹੜਾ ਇੱਕ ਓਂਕਾਰ ਵਾਲਾ, ਅਤੇ ਜਿਹੜਾ ਪੋਲੀਟੀਕਲ ਪੱਖ ਤੋਂ ਤੁਸੀਂ ਦੇਖ ਲਿਆ ਹੈ ਵੀ ਜਿਹੜੇ ਕੌਮੀ ਨਾਅਰੇ ਅਸੀਂ ਲਾਉਂਦੇ ਹਾਂ ਇਹ ਕੌਮੀ ਨਾਅਰੇ ਸਾਡੇ ਜ਼ਬਾਨੀ ਰਹਿ ਜਾਣਗੇ। ਤੁਸੀਂ ਵੇਖੋ, ਮੈਂ ਆਮ ਦੇਖਿਆ, ਮੈਂ ਹੁਣ ਪਿੱਛੇ ਜੇ ਫੇਸਬੁੱਕ 'ਤੇ ਦੇਖ ਰਿਹਾ ਸੀ ਕੁਝ ਸੱਜਣ, ਉਹ ਕਹਿੰਦੇ ਨੇ ਜੀ ਭਾਈ ਜਗਤਾਰ ਸਿੰਘ ਹਵਾਰਾ, ਉਹਨਾਂ ਤੱਕ ਸ਼ਿਕਾਇਤ ਜਾਵੇਗੀ ਜੀ ਭਗਉਤੀ ਚੇਂਜ ਹੋ ਗਈ ਹੈ। ਮੈਨੂੰ ਇਹ ਨਹੀਂ ਸਮਝ ਆਉਂਦੀ ਇਹਨਾਂ ਲੋਕਾਂ ਦੀ ਵੀ ਜਿਸ ਭਗਉਤੀ ਦੇ ਖਿਲਾਫ ਭਾਈ ਹਵਾਰਾ ਜੇਲ੍ਹ ਕੱਟ ਰਿਹਾ, ਉਹਦੇ ਕੋਲੋਂ ਭਗਉਤੀ ਦੀ ਅਥਾਰਟੀ ਜਾਂ ਉਹਦੇ ਕੋਲੋਂ ਭਗਉਤੀ ਨੂੰ ਮਨਜ਼ੂਰ ਕਰਨ ਵਾਸਤੇ ਅਰਜ਼ੀਆਂ ਚੁੱਕੀ ਫਿਰਦੇ ਨੇ। ਮੈਂ ਦੁਬਾਰਾ ਕਹਿ ਦਿਆਂ, ਭਗਉਤੀ ਇੱਕ ਭਾਰਤੀ ਸਿਸਟਮ ਦਾ ਨਾਮ ਹੈ। ਯਾਦ ਰਹੇ ਜਦੋਂ ਇੰਦਰਾ ਬੰਗਲਾਦੇਸ਼ ਵਾਲੀ ਲੜਾਈ ਦੇ ਵਿੱਚ ਪਾਕਿਸਤਾਨੀਆਂ ਦੇ ਹੱਥ ਖੜੇ ਕਰਵਾਉਂਦੀ ਹੈ ਅਤੇ ਇੰਦਰਾ ਨੂੰ ਵਾਰਡ ਕਿਹੜਾ ਦਿੱਤਾ ਜਾਂਦਾ ਹੈ, ਦੁਰਗਾ, ਅਤੇ ਦੁਰਗਾ ਕੌਣ ਹੈ,
ਭਗਵਤੀ ਦਾ ਸਿਨੋਨਿਮਸ ਦੁਰਗਾ ਏ। ਇਹਨੇ ਇੱਕ ਵਾਰ ਨੂੰ ਕਿਤੇ ਪਾਇਆ ਸੀ, ਤੁਸੀਂ ਮੱਧ ਪ੍ਰਦੇਸ਼ ਆ ਕਿਸੇ ਸਟੇਟ ਚਲੇ ਜਾਓ, ਕਿਸੇ ਵੀ ਕੁਲੀ ਨੂੰ ਪੁੱਛ ਲਓ, ਰਿਕਸ਼ੇ ਵਾਲੇ ਨੂੰ, ਭਗਵਤੀ ਕਿਸ ਕੋ ਕਹਤੇ ਹੈ, ਉਹ ਦੇਵੀ ਨੂੰ। ਭਗਵਤੀ ਉਸ ਸਿਸਟਮ ਦੀ ਸੁਪਰੀਮ ਅਥਾਰਟੀ ਹੈ। ਇੰਦਰਾ ਨੂੰ ਭਗਵਤੀ ਦਾ ਦਰਜਾ, ਦੁਰਗਾ ਦਾ ਦਰਜਾ ਇਸ ਮੈਜਾਰਿਟੀ ਨੇ ਦਿੱਤਾ ਹੈ। ਉਹ ਦੁਬਾਰਾ ਫਿਰ ਲੈਣ ਦੀ ਇਹਦੀ ਲਾਲਸਾ ਸੀ, ਸਿੱਖਾਂ ਦਾ ਕਤਲੇਆਮ ਕਰਕੇ ਉਹ ਦੁਬਾਰਾ ਲਾਲਸਾ ਸੀ ਵੀ ਦੁਬਾਰਾ ਫਿਰ ਭਗਵਤੀ ਬਣਾਂਗੇ। ਵੀ ਭਗਵਤੀ ਜਿਹੜੀ ਹੈ ਇੱਕ ਇਕੱਲਾ ਸ਼ਬਦ ਨਹੀਂ ਜੇ, ਭਗਵਤੀ ਭਾਰਤੀ ਸਿਸਟਮ ਦਾ ਨਾਮ ਜੇ, ਇਹ ਭਗਵਤੀ ਉਹ ਜੇ, ਇਹ ਦੁਰਗਾ ਉਹ ਜੇ ਜਿਹੜੇ ਗਲਾਂ ਦੇ ਵਿੱਚ ਸਿਰ ਲਟਕਾਉਂਦੀ ਹੈ। ਯਾਦ ਰਹੇ ਇਹ ਉਹ ਦੁਰਗਾ ਦੇ ਪੁੱਤਰ ਨੇ ਜਿਨ੍ਹਾਂ ਨੇ ਦਿੱਲੀ ਦੀਆਂ ਗਲੀਆਂ ਦੇ ਵਿੱਚ ਇਹਨਾਂ ਦੇ ਸਿਰ ਲਟਕਾਏ ਨੇ। ਸਾਡੇ ਜਿਹੜੇ ਸਿਰ ਗਲਾਂ ਦੇ ਵਿੱਚ ਪਾਏ ਨੇ ਨਾ, ਜਾਂ ਸਾਡੇ ਸਿਰਾਂ ਦੇ ਉੱਤੇ ਆਰੇ ਫੇਰੇ ਨੇ, ਇਹ ਉਸੇ ਭਗਵਤੀ ਦੇ ਸਿਸਟਮ ਦੇ ਵਿੱਚੋਂ ਨਿਕਲੇ ਹੋਏ ਲੋਕ ਨੇ। ਸੋ ਇੰਨਾ ਕੁ ਮੈਂ ਭਗਵਤੀ ਦੇ ਸੰਬੰਧ ਵਿੱਚ ਜਿਹੜਾ ਕਹਿਣਾ ਚਾਹਾਂਗਾ, ਕਿਉਂਕਿ ਇਹ ਕੋਈ ਇਹ ਕੋਈ ਬਹੁਤ ਹੀ ਕੋਈ ਫਿਲਾਸਫੀਕਲ ਅਡਾਰੀ ਨਹੀਂ ਹੈ, ਇੱਕ ਬੜੇ ਸੌਖਾ ਜਿਹਾ ਵਿਸ਼ਾ ਹੈ। ਸਿਰਫ ਸਾਨੂੰ ਇਹ ਮੰਨਣ ਦੀ ਲੋੜ ਹੈ, ਕਿਉਂਕਿ ਸਾਡੇ ਆਦਤ ਪਈ ਹੈ ਵਾਰ ਵਾਰ ਇਹ ਗੱਲ ਕਹਿਣ ਦੀ, ਭਗਵਤੀ ਪ੍ਰਥਮ ਭਗਵਤੀ ਸਿਮਰ ਕੇ, ਪ੍ਰਥਮ ਭਗਵਤੀ ਸਿਮਰ ਕੇ। ਪ੍ਰਥਮ ਭਗਵਤੀ ਨੂੰ ਜਦੋਂ ਤੁਸੀਂ ਸਿਮਰਦੇ ਜੇ ਨਾ, ਤੁਸੀਂ ਫਿਰ ਗੁਰੂ ਨਾਨਕ ਲਈ ਧਿਆਉਂਦੇ ਜੇ, ਅਤੇ ਗੁਰੂ ਨਾਨਕ ਨੂੰ ਸਿੱਧਾ ਹੀ ਉਪਾਸ਼ਕ ਤੁਸੀਂ ਦੇਵੀ ਦਾ ਬਣਾ ਦਿੰਦੇ ਜੇ। ਫਿਰ ਅੰਗਦ ਗੁਰ ਅਤੇ ਅਮਰਦਾਸ ਜਿੰਨੇ ਗੁਰੂ ਨੇ, ਉਹ ਸਾਡੀ ਅਥਾਰਟੀ ਗੁਰੂ ਦੀ ਖਤਮ ਕਰ ਦਿੱਤੀ, ਸਿੱਧਾ ਹੀ ਭਗਵਤੀ ਦੇ ਅਗਲੇ ਬੰਨੇ ਉਪਾਸ਼ਕ ਬਣਾ ਕੇ ਫਿਰ ਸਾਨੂੰ ਜੋੜਿਆ ਗਿਆ। ਸੋ ਸਾਨੂੰ ਇਹ ਗੱਲ ਸਮਝਣ ਦੀ ਲੋੜ ਹੈ, ਜ਼ਿਆਦਾ ਕਾਹਲੇ ਪੈਣ ਦੀ ਲੋੜ ਨਹੀਂ। ਜਿਹੜੀ ਗੱਲ ਮੰਨਣ ਯੋਗ ਹੈ ਉਹਨੂੰ ਮੰਨਣਾ ਚਾਹੀਦਾ ਹੈ। ਸੋ ਇਸ ਕਰਕੇ ਭਗਵਤੀ ਤੋਂ ਛੁਟਕਾਰਾ ਦਵਾਈਏ, ਆਪਣੇ ਆਪ ਨੂੰ ਜਿਹੜਾ ਭਗਵਤੀ ਤੋਂ ਛੁਟਕਾਰਾ ਦਵਾਈਏ, ਅਤੇ ਸਿੱਧਾ ਅਕਾਲ ਪੁਰਖ ਨਾਲ ਜਿਹੜਾ ਜੁੜ ਜਾਈਏ। ਇੱਕ ਮੈਂ ਗੱਲ ਅਖੀਰ 'ਤੇ ਕਹਿਣਾ ਚਾਹਾਂਗਾ, ਜਿਹੜੇ ਕਹਿੰਦੇ ਨੇ ਨਾ ਵੀ ਇਹਦਾ ਅਰਥ ਅਕਾਲ ਪੁਰਖ ਹੈ, ਵੇਖੋ ਕਿਤੇ ਨਹੀਂ ਲੱਭਦਾ ਅਕਾਲ ਪੁਰਖ ਹੈ, ਪਰ ਜੇ ਤੁਹਾਨੂੰ ਲੱਗਦਾ ਵੀ ਇਹਦਾ ਅਰਥ ਅਕਾਲ ਪੁਰਖ ਹੈ, ਅਤੇ ਫਿਰ ਤੁਸੀਂ ਸਿੱਧਾ ਆਪਣਾ ਲੰਮੇ ਵਾਏ ਥਾਣੀ ਅਕਾਲ ਪੁਰਖ ਵੱਲ ਕਿਉਂ ਜਾਂਦੇ ਜੇ ਭਗਵਤੀ ਦੇ ਰਾਹੀਂ? ਵੀ ਭਗਵਤੀ ਥਾਣੀ ਜੋ ਅਕਾਲ ਪੁਰਖ ਵੱਲ ਜਾ ਰਹੇ ਜੇ, ਅਤੇ ਸਿੱਧਾ ਅਕਾਲ ਪੁਰਖ ਵੱਲ ਆ ਜਾਓ, ਪ੍ਰਥਮ ਅਕਾਲ ਪੁਰਖ ਸਿਮਰ ਕੇ ਕਹਿ ਦਿਓ। ਜੇ ਤੁਹਾਨੂੰ ਇਹੋ ਲੱਗਦਾ ਵੀ ਅਰਥ ਅਕਾਲ ਪੁਰਖ ਹੈ, ਭਗਵਤੀ ਰਾਹੀਂ ਜਾਣ ਦੀ ਲੋੜ ਹੀ ਨਹੀਂ, ਫਿਰ ਸਿੱਧਾ ਅਕਾਲ ਪੁਰਖ ਕਹਿ ਦਿਓ। ਹਾਂਜੀ, ਬਾਕੀ ਹੈ ਨਹੀਂ ਜੇ ਐਵੇਂ ਆਪਣੇ ਮਨ ਦੇ ਵਿੱਚੋਂ ਸ਼ੰਕਾ ਕੱਢ ਦਿਓ। ਗੁਰਬਾਣੀ ਦੇ ਵਿੱਚ ਕਿਤੇ ਅਕਾਲ ਪੁਰਖ ਭਗਵਤੀ ਦੇ ਸੰਬੰਧ 'ਚ ਨਹੀਂ ਆਇਆ, ਉਹ ਆਪਾਂ ਡਿਸਕਸ ਕਰ ਚੁੱਕੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।